ਸਾਉਣ ਦੇ ਮਹੀਨੇ ਦੇ ਸੰਬੰਧ 'ਚ ਲੁਧਿਆਣਾ ਸ਼ਹਿਰ ਦੀ ਪ੍ਰਾਚੀਨ ਗਊਸ਼ਾਲਾ ਨੇੜੇ ਸਥਿਤ ਸ਼ਿਵ ਮੰਦਿਰ ਵਿਖੇ ਭਗਵਾਨ ਭੋਲੇਨਾਥ ਜੀ ਦੀ ਮਹਾਂ ਆਰਤੀ ਦਾ ਸ਼ਿਵ ਭਗਤਾਂ ਵੱਲੋਂ ਆਯੋਜਨ ਕੀਤਾ ਗਿਆ, ਜਿਸ ਵਿੱਚ ਭਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੋਮਵਾਰ ਸ਼ਾਮ 7:30 ਤੋਂ 8:30 ਵਜੇ ਤੱਕ ਭੋਲੇ ਬਾਬਾ ਦੀ ਮਹਾਂ ਆਰਤੀ, ਸ਼ਿਵ ਭਗਤ ਸ਼ਿਵਰਾਤਰੀ ਮਹੋਤਸਵ ਕਮੇਟੀ, ਸ਼ਿਵ ਮੰਦਿਰ ਗਊਘਾਟ ਔਰ ਮਹਾਂ ਸੇਵਾ ਸੰਘ ਆਰਤੀ ਰਜਿਸਟਰ ਦੇ ਸ਼ਿਵ ਭਗਤਾਂ ਦੇ ਨਾਲ ਇਹ ਆਯੋਜਨ ਹੁੰਦਾ। ਆਓ ਲੁਧਿਆਣਾ ਨਿਵਾਸੀਓ, ਇਸ ਸਾਵਨ ਦੀ ਸ਼ਿਵਰਾਤਰੀ ਤੋਂ ਅਗਲੀ ਸ਼ਿਵਰਾਤਰੀ ਜਿਹੜੀ 13 ਫਰਵਰੀ ਨੂੰ ਹੈ, ਮਹਾਂ ਸ਼ਿਵਰਾਤਰੀ, ਜਿੱਥੇ ਵਿਰਾਟ ਸ਼ੋਭਾ ਯਾਤਰਾ ਨਿਕਲੂਗੀ, ਉਹਦੀ ਤਿਆਰੀਆਂ ਸੰਬੰਧ ਆਓ ਭੋਲੇ ਬਾਬਾ ਦਾ ਆਸ਼ੀਰਵਾਦ ਲਈਏ ਔਰ ਇਸ ਸ਼ਹਿਰ 'ਤੇ, ਇਸ ਦੇਸ਼ 'ਤੇ, ਇਹ ਸਾਡੇ ਪਰਿਵਾਰ ਤੇ ਬਰਾਵਾ ਕਿਰਪਾ ਕਰਨ। ਆਓ ਇੱਕ ਵਾਰ ਫਿਰ ਅਸੀਂ ਨਿਮੰਤਰਣ ਦਿੰਦੇ ਹਾਂ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਬੌਬੀ ਕਾਠੀਆ ਦੀ ਰਿਪੋਰਟ, ਚੈਨਲ 2।